ਅਸਲਾਮ ਅਲੈਕਮ ਜੀ ਸਾਰਿਆਂ ਦਾ ਸਾਡਾ ਗੋਂਦਲ ਮੋਟਰਸ 'ਤੇ ਵੈਲਕਮ ਹੈ ਅਤੇ ਅੱਜ ਉਸਤਾਦ ਹੋਰੀ ਬੰਪਰ ਲਾ ਰਹੇ ਟਰੈਕਟਰ ਅੱਗੋਂ ਠੀਕ ਹੈ ਸੀਜ਼ਨ ਆ ਗਿਆ ਗੰਦਮ ਦਾ ਜੀ ਅਤੇ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਠੀਕ ਹੈ ਡੇਰੇ 'ਤੇ ਬੰਪਰ ਇਸਦਾ ਲਾ ਕੇ ਅਤੇ ਅੱਜ ਇਸ ਅੱਗੇ ਆਪਣਾ ਰੈਪਰ ਉਹ ਅਟੈਚ ਕਰਨਾ ਰੈਪਰ ਦੇ ਅੱਗੇ ਲਾਉਣਾ ਉਹ ਤੁਹਾਨੂੰ ਵਿਖਾਉਂਦੇ ਹਾਂ ਸਾਰੇ ਇਸਦਾ ਜਿਹੜਾ ਨਾ ਮੁਕੰਮਲ ਵੀਡੀਓ ਤੁਸੀਂ ਵੇਖੋ ਲਿੰਕ ਹੁਣ ਲੈ ਚੱਲਾ ਲਿੰਕ ਹੁਣ ਜਾ ਰਹੀ ਹੈ
ਦੂਜੀ ਸਾਈਡ ਵਾਲੀ ਵੀ ਖੋਲ੍ਹ ਗਈ ਹੈ, ਲਿੰਕਾਂ ਤੋਂ ਵੀ ਲੈ ਗਈਆਂ, ਆਰਾਮ ਨਾਲ ਲੈ ਜਾਣੀ ਹੈ। ਉਸਤਾਦ ਜੀ ਹੱਥ ਫੇਰ ਪੂਜਣ ਵਾਸਤੇ ਰੱਖੀ ਹੈ। ਉਸ ਤੇ ਜੀ ਕੰਮ ਚੈੱਕ ਕਰੋ, ਵੇਖ ਸਕਦੇ ਹੋ ਉਹ ਉੱਥੇ ਟੀਟੋ ਪਾਰਟੀਆਂ ਲਾ ਰਿਹਾ। ਲਓ ਜੀ ਇਹ ਵੀ ਲੈ ਚੱਲੇ ਨੇ ਕੰਮ, ਇਹ ਵੀ ਲੈ ਜਾ ਰਿਹਾ ਅਤੇ ਹੁਣ ਬਾਕੀ ਆ ਅਖੀਰਲੀ ਹੋ ਕਰਾ ਜਾਣੀ ਹੋ ਕਿ ਪਲੇਟ। ਜਿਵੇਂ ਤੱਕ ਸਵਾਦ ਹਰੀ ਹੋਕ ਲਾਉਂਦੇ ਤਾਂ ਜੀ ਇੱਕ ਹੋਰ ਸ਼ਾਇਦ ਵੀ ਖਾਂਦੇ ਹਾਂ, ਆਪਣਾ ਸਿਲੈਂਸਰ ਹੈ ਜਿਹੜਾ ਪਹਿਲੇ ਇਸ ਨੂੰ ਲੱਗੇ ਆ ਉਹ ਥੱਲੇ ਵੇਖ ਸਕਦੇ ਜੇ ਟੁੱਟੇ ਆ, ਬਾਕੀ ਇਸਦੇ ਡੱਕੇ ਵੀ ਨਿਕਲੇ ਹੋਣ। ਹੁਣ ਇਸ ਵਾਸਤੇ ਇਹ ਜਿਹੜਾ ਸਿਲੈਂਸਰ ਹੈ ਇਸ ਟੋਟਲੀ ਜੈਨੂਇਨ ਹੈ, ਮਤਲਬ ਅਜੇ ਤੱਕ ਖਰਾਬ ਕੋਈ ਨਹੀਂ ਹੋਇਆ, ਨਵਾਂ ਸਿਲੈਂਸਰ ਇਹ ਲਾ ਰਿਹਾ ਨਾ। ਅਤੇ ਇਸ ਦੀ ਜੀ ਵਜ੍ਹਾ ਇਹ ਕਿ ਕਿਉਂ ਜਿਸ ਟਾਈਮ ਸੀਜ਼ਨ ਹੁੰਦਾ ਰੈਪਰ ਦਾ ਟਰੈਕਟਰ ਸਾਰੇ ਸਾਰੇ ਦਿਹਾੜ ਚੱਲਦਾ ਅਤੇ ਜਿਹੜਾ ਇਸ ਦਾ ਸ਼ੋਰ ਹੁੰਦਾ ਉਸ ਤੋਂ ਬੰਦਾ ਜਿਹੜਾ ਨਾ ਕਾਫੀ ਪਰੇਸ਼ਾਨ ਹੋ ਜਾਂਦਾ, ਇਸ ਵਜ੍ਹਾ ਤੋਂ ਇਹ ਚੇਂਜ ਕੀਤਾ। ਜਿਹੜਾ ਪਹਿਲਾਂ ਉਹ ਇਸ ਤੋਂ ਲੱਗਿਆ ਕਿ ਬਾਗਾਂ ਟਰੈਕਟਰ ਚੱਲਦਾ ਬਾਅਦ 'ਚ ਹੁਣ ਅਕਸਰ ਜਿਹੜਾ ਨਵਾਂ ਸਿਲੰਸਰ ਉਹ ਟੁੱਟ ਜਾਂਦਾ।